ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਇਸ ਵੇਲੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵੇਖਿਆ ਗਿਆ ਸੀ ਕਿ ਇੱਕ ਨਿੱਕੀ ਜਿਹੀ ਬੱਚੀ ਨੂੰ, ਕੇਵਲ ਜਿਸ ਦੀ ਉਮਰ 9 ਸਾਲਾਂ ਦੀ ਦੱਸੀ ਜਾ ਰਹੀ, ਉਸ ਬੱਚੀ ਨੂੰ ਮਾਰ ਦਿੱਤਾ ਗਿਆ ਸੀ। ਹਾਲ ਹੀ ਦੇ ਵਿੱਚ ਕੁਝ ਦਿਨਾਂ ਪਹਿਲੇ ਇੱਕ ਖਬਰ ਸਾਹਮਣੇ ਆਉਂਦੀ ਹੈ, ਪਰ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਆਪਾਂ ਜਲਦ ਹੀ ਇਸ 'ਤੇ ਇਨਵੈਸਟੀਗੇਸ਼ਨ ਕਰਾਂਗੇ ਅਤੇ ਪਤਾ ਲਗਾਵਾਂਗੇ ਕਿ ਆਖਰ ਬੱਚੀ ਨੂੰ ਮਾਰਿਆ ਤਾਂ ਮਾਰਿਆ ਕਿੱਦਾਂ ਅਤੇ ਕਿਉਂ। ਅਤੇ ਇਸ ਨੂੰ ਲੈ ਕੇ ਹੁਣ ਜੋ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਸਾਰੇ ਕਾਫੀ ਜ਼ਿਆਦਾ ਹੈਰਾਨ ਰਹਿ ਜਾਓਗੇ, ਜਿਸ ਦੇ ਵਿੱਚ ਇਹ ਸਾਹਮਣੇ ਆ ਰਿਹਾ ਉਸ ਬੱਚੀ ਨੂੰ ਮਾਰਨ ਦਾ ਕਾਰਨ। ਅਤੇ ਦੱਸਿਆ ਜਾ ਰਿਹਾ ਗੁਆਂਢੀਆਂ ਦੇ ਵੱਲੋਂ ਹੀ ਉਸ 9 ਸਾਲ ਦੀ ਬੱਚੀ ਦਾ ਅਪਹਰਣ ਕੀਤਾ ਗਿਆ ਪਹਿਲਾਂ ਤਾਂ, ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਤਾਂਤਰਿਕ ਦੇ ਕੋਲੋਂ ਉਸ ਦੀ ਬਲੀ ਦਿੱਤੀ ਗਈ। ਸੋ ਇਸ ਵੇਲੇ ਜੋ ਇਸ ਘਿਨੌਨੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ, ਇੱਕ ਬੇਹੱਦ ਹੀ ਘਿਨੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ 9 ਸਾਲ ਦੀ ਬੱਚੀ ਦੀ ਬਲੀ ਦੇ ਦਿੱਤੀ ਜਾਂਦੀ ਹੈ। ਅਤੇ ਹੋਰ ਕਾਰਨ ਦੀ ਗੱਲ ਕੀਤੀ ਜਾਵੇ, ਕਾਰਨ ਦੱਸਿਆ ਜਾ ਰਿਹਾ ਇਹਨਾਂ ਗੁਆਂਢੀਆਂ ਦਾ ਇੱਕ ਮੈਰਿਜ ਬਿਊਰੋ ਸੀ, ਉਹ ਮੈਰਿਜ ਬਿਊਰੋ ਨਹੀਂ ਚੱਲ ਰਿਹਾ ਸੀ। ਇਹਨਾਂ ਨੂੰ ਲੈ ਕੇ ਕੁਝ ਟੋਨੇ ਟੁੱਟ ਕੇ ਦੇਖੇ ਗਏ ਅਤੇ ਉਸ ਤੋਂ ਬਾਅਦ ਇਹਨਾਂ ਤਾਂਤਰਿਕ ਕੋਲ ਗਏ। ਤਾਂਤਰਿਕ ਦੇ ਵੱਲੋਂ ਕਿਹਾ ਗਿਆ ਕਿ ਬੱਚੇ ਦੀ ਬਲੀ ਦੇਣੀ ਹੈ, ਜਿਸ ਤੋਂ ਬਾਅਦ ਉਸ ਬੱਚੇ ਦਾ ਅਪਹਰਣ ਕਰਕੇ ਉਸਦੀ ਬਲੀ ਦਿੱਤੀ ਗਈ ਅਤੇ ਇੱਕ ਨਿੱਕੀ ਜਿਹੀ ਬੱਚੀ ਦੀ ਜਾਨ ਲੈ ਲਈ ਗਈ। ਅਤੇ ਇਸ ਨੂੰ ਲੈ ਕੇ ਜਦੋਂ ਪੁਲਿਸ ਦੇ ਵੱਲੋਂ ਸਾਰਾ ਖੁਲਾਸਾ ਕੀਤਾ ਜਾਂਦਾ ਅਤੇ ਕਈ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਅਤੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਵੀ ਜਿਹੜੀ ਗੱਲਬਾਤ ਕੀਤੀ ਗਈ, ਇੱਕ ਵਾਰ ਤੁਹਾਨੂੰ ਉਹਦੇ ਨਾਲ ਰੂਬਰੂ ਕਰਾਉਂਦੇ ਹਾਂ। ਬੱਚੀ ਦੀ ਲਾਸ਼ ਮਿਲਦੀ ਹੈ, ਪੂਰਾ ਮਾਮਲਾ ਕੀ ਹੈ, ਦੱਸਿਆ ਜਾ ਰਿਹਾ ਕਿ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਦਾ ਜਿਹੜਾ ਕਤਲ ਕੀਤਾ ਗਿਆ। ਇਹ ਜਿਹੜੀ ਘਟਨਾ ਹੈਗੀ ਜੀ 11 ਤਰੀਕ ਦੀ ਹੈਗੀ ਹੈ ਜੀ, ਜਿਹਦੇ ਵਿੱਚ ਸੁਖਮਨਦੀਪ ਨਾਂ ਦੀ ਬੱਚੀ ਜੋ ਕਿ 9-10 ਸਾਲ ਦੀ ਏਜ ਸੀ ਇਹਦੀ, ਉਹ ਪਿੰਡ ਦੇ ਵਿੱਚ ਗੁੰਮ ਹੋ ਜਾਂਦੀ ਹੈ ਜੀ। ਬਾਹਰੋਂ ਖੇਡ ਕੇ ਗਲੀ 'ਚ ਆਉਂਦੀ, ਘਰ ਆਉਂਦੀ ਹੈ, ਘਰ ਆਉਣ ਤੋਂ ਬਾਅਦ ਉਸ ਤੋਂ ਉਹ ਮਿਲਦੀ ਨਹੀਂ ਆ। ਉਹਦੇ ਵਿੱਚ ਜਦੋਂ ਉਹਨਾਂ ਦੀ ਫੈਮਿਲੀ ਮੈਂਬਰ ਸਾਡੇ ਕੋਲ ਅਪਰੋਚ ਕੀਤੇ ਅਤੇ ਅਸੀਂ ਉਸੇ ਵੇਲੇ ਹੀ ਆਪਣਾ ਜਿਹੜਾ ਵੀ ਸਰਚ ਸ਼ੁਰੂ ਕਰ ਲਈ ਬੱਚੀ ਨੂੰ ਲੱਭਣ ਵਾਸਤੇ। ਲੇਟ ਆਰ ਤੱਕ ਅਸੀਂ ਉਸ ਦਿਨ ਵੀ ਸਾਰੇ ਸਰਚ ਕੀਤਾ ਵੀ ਲੇਟ ਹੀ ਸਾਨੂੰ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੋਈ 10 ਵਜੇ ਤੋਂ ਬਾਅਦ ਹੀ ਜਾਵੇ। ਮੁੜ ਕੇ ਅਸੀਂ ਅਰਲੀ ਮੋਰਨਿੰਗ ਆਪਣਾ ਫੇਰ ਸਰਚ ਉਹ ਪਿੰਡ ਦੇ ਵਿੱਚ ਸ਼ੁਰੂ ਕੀਤੀ ਹੈ। CCTV ਕੈਮਰੇ ਸਾਰੇ ਦੇਖੇ ਅਸੀਂ, ਜਦੋਂ ਅਸੀਂ CCTV ਕੈਮਰੇ ਸਾਰੇ ਪਿੰਡ ਦੇ ਦੇਖੇ, ਜਿਹੜੇ ਅਪਰੋਚੇਬਲ ਰੋਡ ਸੀ ਪਿੰਡ ਨੂੰ, ਪਿੰਡ ਤੋਂ ਜਾਣ ਆਉਣ ਵਾਲੇ ਰਸਤੇ ਸਾਰੇ ਸੀ, ਅਸੀਂ ਦੇਖੇ ਉਹਨਾਂ ਦੇ ਉੱਤੇ ਬੱਚੀ ਕਿਤੇ ਬਾਹਰ ਜਾਣੀ ਨਹੀਂ ਪਾਈ ਗਈ। ਫਿਰ ਜਦੋਂ ਅਸੀਂ ਆਪਣਾ ਇਸੇ ਸੰਬੰਧ 'ਚ ਫਿਰ ਸਨਿਫਰ ਡੋਗ ਜਿਹੜਾ ਸਾਡਾ ਹੁੰਦਾ ਡਿਪਾਰਟਮੈਂਟ ਦਾ, ਡੋਗ ਸਕੁਐਡ ਰਾਹੀਂ ਉਹਨੂੰ ਮੰਗਵਾਇਆ ਗਿਆ। ਜਦੋਂ ਬੱਚੀ ਦੇ ਸ਼ੂਜ਼ ਅਤੇ ਉਹਦੇ ਕਲੋਥ ਉਹਨੂੰ ਸਨਿਫ ਕਰਾਏ, ਸਮੈਲ ਕਰਾਏ, ਤਾਂ ਉਹ ਇਹਨਾਂ ਦੇ ਨਾਲ ਦਾ ਘਰ ਹੀ ਹੈ ਜਿਹੜਾ ਦਲਵੀਰ ਸਿੰਘ ਹੋਣਾ ਦਾ, ਜਿਹੜਾ ਇਹਨਾਂ ਦੇ ਰਿਸ਼ਤੇਦਾਰੀ 'ਚ ਚਾਚਾ ਲੱਗਦਾ, ਉਹਦੇ ਘਰ ਚਲੇ ਗਿਆ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਘਰ ਆਉਣ ਦਾ ਕਾਰਨ ਡੋਗ ਦਾ, ਤਾਂ ਉਹ ਕਹਿੰਦੇ ਵੀ ਬੱਚੀ ਸਾਡੇ ਕੋਲ ਖੇਡਦੀ ਹੁੰਦੀ ਸੀ ਤਾਂ ਕਰਕੇ ਆ ਸਕਦਾ ਵਾ। ਪਰ ਸਾਨੂੰ ਉਹਨਾਂ ਦੇ ਉਦੋਂ ਹੀ ਡਾਊਟ ਹੋ ਗਿਆ ਸੀ ਵੀ ਡੋਗ ਹੋਰ ਕਿਸੇ ਦੇ ਘਰ ਨਹੀਂ ਗਿਆ, ਵੀ ਇਹਨਾਂ ਦੇ ਘਰ ਹੀ ਕਿਉਂ ਆਇਆ ਵਾ। ਫਿਰ ਅਸੀਂ ਖੇਤਾਂ ਵਗੈਰਾ 'ਚ ਸਾਰਾ ਉੱਥੇ ਸਰਚ ਕੀਤੀ ਆਪਣੇ, ਲੇਟ ਆਰ ਸਾਨੂੰ ਇਸ ਤਰ੍ਹਾਂ ਹੀ ਹੋ ਗਿਆ। ਫਿਰ ਅਸੀਂ ਰਾਤ ਇਹਨਾਂ ਨੂੰ ਕਹਿ ਗਏ ਵੀ ਅਸੀਂ ਅਰਲੀ ਮੋਰਨਿੰਗ ਆਵਾਂਗੇ ਪਿੰਡ 'ਚ ਦੁਬਾਰਾ, ਤਾਂ ਹਾਊਸ ਟੂ ਹਾਊਸ ਜਿਹੜੀ ਹੈ ਉਹ ਸਰਚ ਕਰਾਂਗੇ ਜੀ ਸਾਰਿਆਂ ਦੀ। ਫਿਰ ਮੋਰਨਿੰਗ ਜਦੋਂ ਅਸੀਂ ਹਲੀ ਪਿੰਡ ਪਹੁੰਚ ਹੀ ਰਹੇ ਸੀ ਤਾਂ ਸਾਨੂੰ ਉੱਥੇ ਹੀਰਾ ਸਿੰਘ ਇਹਨਾਂ ਦੀ ਹਵੇਲੀ ਇਹਨਾਂ ਦੀ ਬੈਕ ਸਾਈਡ 'ਤੇ ਲੱਗਦੀ ਆ, ਉਹ ਸਾਨੂੰ ਮਿਲ ਪਏ ਵੀ ਜਿਹਨਾਂ ਨੇ ਦੱਸਿਆ ਵੀ ਬੱਚੀ ਦੀ ਜਿਹੜੀ ਲਾਸ਼ ਹੈ ਉਹ ਉਹਨਾਂ ਦੀ ਹਵੇਲੀ 'ਚ ਹੈਗੀ ਆ। ਫਿਰ ਅਸੀਂ ਦੁਬਾਰਾ ਉੱਥੇ ਜਿਹੜੀਆਂ ਆਪਣੀਆਂ ਫੋਰੈਂਸਿਕ ਟੀਮ ਅਤੇ ਡੋਗ ਸਕੁਐਡ ਮੌਕੇ 'ਤੇ ਫੇਰ ਬੁਲਵਾਇਆ ਸੀ, ਅਤੇ ਜਦੋਂ ਜਿਹੜੀ ਬੋਰੀ ਦੇ ਵਿੱਚ ਬੱਚੇ ਨੂੰ ਉੱਥੋਂ ਤੱਕ ਲੈ ਕੇ ਆਇਆ ਗਿਆ ਸੀ, ਉਹ ਵੀ ਸਾਨੂੰ ਉੱਥੇ ਮਿਲ ਗਈ ਉਹਨਾਂ ਦੀ ਹਵੇਲੀ 'ਚ। ਜਦੋਂ ਉਹਨੂੰ ਸਨਿਫ ਕਰਾਇਆ ਗਿਆ ਦੁਬਾਰਾ ਡੋਗ ਨੂੰ, ਤਾਂ ਡੋਗ ਫਿਰ ਦੁਬਾਰਾ ਇਹਨਾਂ ਦੇ ਘਰ ਹੀ ਗਿਆ ਦਲਵੀਰ ਸਿੰਘ ਹੋਣਾ ਦੀ। ਜਦੋਂ ਸਾਡਾ ਜਿਹੜਾ ਸ਼ੱਕ ਸੀ ਹੋਰ ਪੁਖਤਾ ਹੋ ਗਿਆ ਵੀ ਬੱਚੀ ਜ਼ਰੂਰ ਇਹਨਾਂ ਦੇ ਘਰ ਆਈ ਹੈ ਅਤੇ ਇਹਨਾਂ ਦਾ ਹੀ ਕਿਤੇ ਨਾ ਕਿਤੇ ਹੱਥ ਆ ਇਹਦੇ ਕਤਲ ਦੇ ਵਿੱਚ, ਫੋਰੈਂਸਿਕ ਟੀਮ ਸਾਡੀ ਆਲਰੇਡੀ ਮੌਕੇ 'ਤੇ ਸੀ, ਅਸੀਂ ਉਹਨਾਂ ਨੂੰ ਬੁਲਵਾਇਆ ਉੱਥੇ ਮੌਕੇ 'ਤੇ, ਬਲੱਡ ਸਟੇਨ ਵਗੈਰਾ ਵੀ ਸਾਨੂੰ ਅੰਦਰੋਂ ਮਿਲ ਗਏ ਇਹਨਾਂ ਦੇ ਘਰ ਦੇ ਵਿੱਚੋਂ। ਜਦੋਂ ਫੀਲਡ ਟੈਸਟ ਕਰਾਇਆ ਉਹਦੇ ਵਿੱਚ ਵੀ ਸਾਨੂੰ ਪੁਖਤਾ ਹੋ ਗਏ ਫੋਰੈਂਸਿਕ ਟੀਮ ਰਾਹੀਂ ਵੀ ਜਿਹੜੇ ਸਟ੍ਰੇਨ ਮਿਲੇ ਨੇ ਇਹ ਹਿਊਮਨ ਬਲੱਡ ਹੀ ਹੈਗਾ ਹੈ। ਫਿਰ ਉਹਦੇ ਵਿੱਚ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ 'ਚ ਅਸੀਂ ਰਾਊਂਡ ਅਪ ਕਰ ਲਏ ਵੀ ਪੁੱਛਗਿੱਛ ਵਾਸਤੇ, ਅਤੇ ਦੌਰਾਨੇ ਪੁੱਛਗਿੱਛ ਫਿਰ ਇਹਨਾਂ ਨੇ ਦੱਸਿਆ ਵੀ ਜਿਹੜਾ ਇਹਨਾਂ ਨੇ ਇੱਕ ਪੈਲਸ ਲਿਆ ਹੋਇਆ ਸੀ ਕਿੱਥੋਂ ਲੰਘਣ ਲੱਗੇ, ਉਹ ਚੱਲ ਨਹੀਂ ਰਿਹਾ ਸੀ। ਇਹਨਾਂ ਨੂੰ ਕਿਸੇ ਸਿਆਣੇ ਨੇ ਦੱਸ ਦਿੱਤਾ ਵੀ ਕਿਸੇ ਛੋਟੀ ਬੱਚੀ ਦੀ ਤੁਸੀਂ ਬਲੀ ਦਿਓਗੇ ਜਾਂ ਉਹਦੀ ਹੱਤਿਆ ਕਰੋਗੇ ਅਤੇ ਤੁਹਾਡਾ ਜਿਹੜਾ ਵਾ ਵੀ ਉਹਦੇ ਨਾਲ ਕਾਰੋਬਾਰ ਚੱਲਣ ਲੱਗ ਜਾਏਗਾ। ਉਸ ਵਿੱਚ ਇਹਨਾਂ ਦੇ ਗੁਆਂਢ 'ਚ ਰਹਿਣ ਵਾਲੇ ਜਿਹੜਾ ਬੱਚੀ ਸੀ ਸੁਖਮਨਦੀਪ, ਇਹਨਾਂ ਨੇ ਉਹਨੂੰ ਲੈ ਕੇ ਅਤੇ ਉਹਦਾ ਕਤਲ ਕਰ ਦਿੱਤਾ ਆਪਣੇ ਘਰ ਦੇ ਵਿੱਚ ਹੀ। ਸਰ, ਕੋਈ CCTV ਸਾਹਮਣੇ ਆਈ ਹੈ ਜਿਹੜੀ ਹਵੇਲੀ ਦੇ ਵਿੱਚ ਲਾਸ਼ ਜਿਹੜੀ ਸੁੱਟੀ ਗਈ? CCTV ਉਹਦੇ ਵਿੱਚ ਗਲੀਆਂ 'ਚ ਹੈਗੇ ਜੀ ਇਹਨਾਂ ਨੇ, ਪਰ ਜਿਹੜਾ ਇਹਨਾਂ ਦੀ ਮੋਟਰ ਸਪਰਿੰਡਰੀ ਇਹ ਛੱਤ ਰਾਹੀਂ ਗਏ ਜੀ, ਉਹ ਛੱਤ ਬਿਲਕੁਲ ਹਵੇਲੀ ਦੇ ਨਾਲ ਇਹਨਾਂ ਦੀ ਲੱਗਦੀ ਹੈ ਜੀ। ਇਹ ਛੱਤ ਰਾਹੀਂ ਜਾ ਕੇ ਤਾਂ ਇਹਨਾਂ ਨੇ ਜਿਹੜੀ ਬੋਡੀ ਆ ਉੱਥੇ ਬੱਚੇ ਦੀ ਰੱਖ ਦਿੱਤੀ, ਡਿਸਪੋਜ਼ਲ ਕਰ ਦਿੱਤੀ। ਹੁਣ ਜਿਹੜੇ
ਕਿੰਨੇ ਕੁ ਪਰਿਵਾਰਕ ਮੈਂਬਰਾਂ ਤੇ ਜਿਹੜਾ ਕਿ ਮੁਕਦਮਾ ਜਾਰੀ ਕੀਤਾ ਇਹ ਜਿਹੜਾ ਹੈਗਾ ਜੀ ਚਾਰ ਜਣਿਆਂ ਨੂੰ ਆਪਾਂ ਹਿਰਾਸਤ ਵਿੱਚ ਲਿਆ ਵਾ ਜਿਹਦੇ ਵਿੱਚ ਦਲਬੀਰ ਸਿੰਘ ਹੈ ਉਹਦੀ ਪਤਨੀ ਜਸਬੀਰ ਉਹਦਾ ਬੇਟਾ ਵਾ ਸੂਰਜ ਅਤੇ ਉਸਦੀ ਪਤਨੀ ਅੱਗੇ ਆ ਪਵਨਦੀਪ ਕੌਰ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਫਿਲਹਾਲ ਸਾਡੇ ਕੋਲ ਜਿਹੜੇ ਦੋ ਦਿਨ ਦੇ ਰਿਮਾਂਡ 'ਤੇ ਸੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਰਿਮਾਂਡ 'ਤੇ ਲਿਆ ਗਿਆ ਸੀ ਅੱਜ ਇਹਨਾਂ ਦਾ ਰਿਮਾਂਡ ਜਿਹੜਾ ਖਤਮ ਹੋ ਰਿਹਾ ਹੈ ਅਤੇ ਅੱਜ ਦੁਬਾਰਾ ਫਿਰ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਜੋ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇ ਇਸ ਤਰ੍ਹਾਂ ਦੇ ਤਾਂਤਰਿਕ ਜਿਹੜੇ ਅੰਧ ਵਿਸ਼ਵਾਸ ਦੇ ਵਿੱਚ ਲੋਕਾਂ ਨੂੰ ਫਸਾਉਂਦੇ ਨੇ ਉਹਨਾਂ 'ਤੇ ਵੀ ਕਾਰਵਾਈ ਹੋਏਗੀ ਬਿਲਕੁਲ ਜੀ ਅਸੀਂ ਉਸ ਤੱਕ ਹੀ ਪਹੁੰਚਣਾ ਚਾਹੁੰਦੇ ਇਹਨਾਂ ਦੇ ਰਾਹੀਂ ਤਾਂ ਜੋ ਕਿਸੇ ਹੋਰ ਬੱਚੀ ਦੀ ਇਸ ਤਰ੍ਹਾਂ ਅਗਾਂਹ ਮੌਤ ਨਾ ਹੋ ਸਕੇ ਜੀ